ਮੈਨੂੰ ਕੱਲ ਸ਼ਾਮ ਨੂੰ ਪਤਾ ਲੱਗਿਆ ਸੀਗਾ ਪ੍ਰਿੰਸੀਪਲ ਮੈਡਮ ਨੇ ਦੱਸਿਆ ਕਿ ਉਹਨਾਂ ਦੀ ਈਮੇਲ ਤੇ ਕੋਈ ਥ੍ਰੈਟ ਆਈ ਆ ਜਿਵੇਂ ਜਿਵੇਂ ਇਹ ਗੱਲ ਫੈਲੀ ਬੈਸ ਤਾਂ ਚਲੋ ਬੱਚਿਆਂ ਨੂੰ ਮੈਸੇਜ ਚਲੇ ਗਏ ਕਿ ਭਾਈ ਤੁਸੀਂ ਕੱਲ ਨੂੰ ਛੁੱਟੀ ਆ ਉਹਨਾਂ ਨੇ ਸਕੂਲ ਬੱਚਿਆਂ ਤੱਕ ਇਹ ਬਹੁਤੀ ਤਾਂ ਗੱਲ ਹੀ ਪਹੁੰਚ ਸਕੀ ਕਿ ਇਦਾਂ ਦੀ ਗੱਲ ਨਹੀਂ ਤਾਂ ਇਹਨੂੰ ਜਿਆਦਾ ਤਹਿਸਤ ਵਾਲਾ ਮਾਹੌਲ ਬਣ ਜਾਂਦਾ ਕਈ ਵਾਰੀ ਇਹ ਇੱਕ ਸੱਚੀ ਆ ਕੀ ਆ ਇਹ ਤਾਂ ਹੁਣ ਪੁਲਿਸ ਪੜਤਾਲ ਤੋਂ ਬਾਅਦ ਹੀ ਸਾਰੀ ਗੱਲ ਸਾਹਮਣੇ ਹੈ ਦਸ ਅਬਰ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੌਰਵ ਅਰਾ ਲੁਧਿਆਣਾ ਦੇ ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਜਿਹੜੀ ਆ ਧਮਕੀ ਮਿਲੀ ਇੱਕ ਪ੍ਰਿੰਸੀਪਲ ਨੂੰ ਈਮੇਲ ਰਾਹੀਂ ਇੱਕ ਸੰਦੇਸ਼ ਭੇਜਿਆ ਗਿਆ ਕਿ ਤੁਹਾਡੇ ਸਕੂਲ ਨੂੰ 5 ਅਕਤੂਬਰ ਯਾਨੀ ਕਿ ਅੱਜ ਬੰਬ ਦੇ ਨਾਲ ਉਡਾ ਦਿੱਤਾ ਜਾਏਗਾ ਜਦੋਂ ਇਹ ਈਮੇਲ ਜਿਹੜੀ ਆ ਪਹੁੰਚੀ ਹੈ ਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਪੁਲਿਸ ਨੂੰ ਸੂਚਨਾ ਦੇਣ ਦੇ ਦੌਰਾਨ ਸਕੂਲ ਆ ਜਿਹੜਾ ਬੰਦ ਕਰ ਦਿੱਤਾ ਗਿਆ ਤੇ ਅੱਜ ਸਕੂਲ ਦੇ ਵਿੱਚ ਛੁੱਟੀ ਹੈ ਜਿਹੜੀ ਆ ਕਰ ਦਿੱਤੀ ਗਈ ਹੈ ਸਕੂਲ ਦੇ ਗੇਟ ਆ ਜਿਹੜੇ ਬੰਦ ਆ ਗੇਟਾਂ ਤੇ ਪੁਲਸ ਆ ਜਿਹੜੀ ਉਹ ਖੜੀ ਹੋਈ ਹੈ ਪਿੰਡ ਵਾਸੀ ਵੀ ਇੱਥੇ ਖੜੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਭਰਪੂਰ ਸਿੰਘ ਹੈ ਜੀ ਕਿਵੇਂ ਪਤਾ ਲੱਗਿਆ ਤੁਹਾਨੂੰ ਕਿ ਪਿੰਡ ਦੇ ਸਕੂਲ ਨੂੰ ਇੱਕ ਈਮੇਲ ਆਈ ਇਹ ਕਿਸ ਦਿਨ ਜਿਹੜਾ ਪਤਾ ਲੱਗਿਆ ਮੈਨੂੰ ਕੱਲ ਸ਼ਾਮ ਨੂੰ ਪਤਾ ਲੱਗਿਆ ਸੀਗਾ ਪ੍ਰਿੰਸੀਪਲ ਮੈਡਮ ਨੇ ਦੱਸਿਆ ਕਿ ਉਹਨਾਂ ਦੀ ਈਮੇਲ ਤੇ ਕੋਈ ਇਹ ਥ੍ਰੈਟ ਆਈ ਆ ਤੇ ਉਹਦੇ ਲਈ ਇਹ ਕੇਰਸੀ ਜੋ ਮੈਨੇਜਮੈਂਟ ਦੇ ਇਨਚਾਰਜ ਹੈਗੇ ਆ ਸਰ ਅਮਰਜੀਤ ਸਿੰਘ ਜੀ ਦੂਆ ਸਾਹਿਬ ਅਸੀਂ ਡਿਸਕਸ ਕੀਤੀ ਤੇ ਪੁਲਿਸ ਨੂੰ ਤਲਾਹ ਦਿੱਤੀ ਜੀ ਤੇ ਪ੍ਰੀਸ਼ ਪ੍ਰਸ਼ਾਸਨ ਲੱਗਿਆ ਹੋਇਆ ਆਪਦਾ ਯਤਨ ਕਰਨ ਜੀ ਵੈਸੇ ਜਿਹੜੀ ਇਹ ਗੱਲ ਹੋਈ ਇਹਦੇ ਨਾਲ ਜਿਵੇਂ ਜਿਵੇਂ ਇਹ ਗੱਲ ਫੈਲੀ ਵੈਸੇ ਤਾਂ ਚਲੋ ਬੱਚਿਆਂ ਨੂੰ ਮੈਸੇਜ ਚਲੇ ਗਿਆ ਕਿ ਭਈ ਤੁਸੀਂ ਕੱਲ ਨੂੰ ਛੁੱਟੀ ਆ ਉਹਨਾਂ ਨੇ ਸਕੂਲ ਬੱਚਿਆਂ ਤੱਕੇ ਬਹੁਤੀ ਤਾਂ ਗੱਲ ਨਹੀਂ ਪਹੁੰਚ ਸਕੀ ਕਿ ਇਦਾਂ ਦੀ ਗੱਲ ਨਹੀਂ ਤਾਂ ਇਹਨੂੰ ਜਾਦੇ ਦਹਿਸ਼ਤ ਵਾਲਾ ਮਾਹੌਲ ਬਣ ਜਾਂਦਾ ਕਈ ਵਾਰੀ ਪਰ ਫਿਰ ਵੀ ਜਿਤਨੇ ਸਿਆਣੇ ਲੋਕ ਨੇ ਜਿਨ੍ਹਾਂ ਨੂੰ ਪਿੰਡ 'ਚ ਪਤਾ ਲੱਗਿਆ ਜਿਨ੍ਹਾਂ ਦੇ ਵੀ ਬੱਚੇ ਸਕੂਲ 'ਚ ਪੜ੍ਹਦੇ ਆ ਤਾਂ ਕੁਦਰਤੀ ਤੌਰ 'ਤੇ ਘਬਰਾਹਟ ਤਾਂ ਹੁੰਦੀ ਆ ਕਿ ਜੀ ਇਹ ਇਹ ਫੇਕ ਆ ਕਿ ਸੱਚੀ ਆ ਕੀ ਆ ਇਹ ਤਾਂ ਹੁਣ ਪੁਲਿਸ ਪੜਤਾਲ ਤੋਂ ਬਾਅਦ ਹੀ ਸਾਰੀ ਗੱਲ ਸਾਹਮਣੇ ਆਊਗੀ ਇਹ ਜਦੋਂ ਇਹ ਈਮੇਲ ਪਹੁੰਚੀ ਤੇ ਈਮੇਲ ਦੇ ਵਿੱਚ ਲਿਖਿਆ ਕੀ ਸੀ ਤੇ ਪ੍ਰਿੰਸੀਪਲ ਦਾ ਨਾਮ ਵੀ ਸੀਗਾ ਹਾਂ ਪ੍ਰਿੰਸੀਪਲ ਦਾ ਨਾਮ ਸੀਗਾ ਉਹਦੇ 'ਚ ਲਿਖਿਆ ਹੋਇਆ ਹੈ ਤੇ ਪਰ ਮੈਂ ਉਹ ਇੰਗਲਿਸ਼ ਦੇ ਵਿੱਚ ਸੀਗੀ ਮੈਨੂੰ ਤਾਂ ਬਹੁਤੀ ਉਹਦੀ ਜਾਣਕਾਰੀ ਨਹੀਂ ਹੈ ਇਦਾਂ ਪਤਾ ਲੱਗਦੇ ਤੇ ਪਰ ਜੋ ਵੀ ਹੋਇਗਾ ਉਹ ਇਹਨਾਂ ਜ਼ਰੂਰ ਸੀਗਾ ਕਿ ਉਹਨਾਂ ਨੇ ਕਿਹਾ ਕਿ ਅਸੀਂ ਬੰਬ ਤੁਹਾਡੀ ਸਾਡੀ ਟੀਮ ਨੇ ਇੱਥੇ ਰੱਖਿਆ ਹੈਗਾ ਇਸ ਤਰੀਕੇ ਦਾ ਉਹਨਾਂ ਨੇ ਦੋ ਚਾਰਕ ਲੈਣਾ ਛੋਟਾ ਜਿਹਾ ਮੈਸੇਜ ਸੀ ਬਾਕੀ ਹੁਣ ਇਹ ਪ੍ਰਸ਼ਾਸਨ ਨੇ ਮੇਰੇ ਖਿਆਲ ਤੋਂ ਬਹੁਤ ਮੈਂ ਦੇਖਦਿਆਂ ਕਈ ਵਾਰੀ ਅਸੀਂ ਪੇਪਰਾਂ 'ਚ ਵੀ ਪੜ੍ਹਦੇ ਹਾਂ ਟੀਵੀ ਤੇ ਸੁਣਦੇ ਹਾਂ ਤੁਹਾਡੇ ਚੈਨਲ ਰਾਹੀਂ ਕਿ ਲੁਧਿਆਣਾ ਪੁਲਿਸ ਐਕਟਿਵ ਤਾਂ ਬਹੁਤ ਆ ਜੀ ਮੈਨੂੰ ਨਹੀਂ ਲੱਗਦਾ ਕਿ ਬਈ ਇਹ ਕੋਈ ਸੁਪੀ ਰਹਿਣ ਵਾਲੀ ਗੱਲ ਆ ਤੇ ਹੋ ਸਕਦਾ ਉਹਨਾਂ ਨੇ ਟਰੇਸ ਆਊਟ ਕਰ ਵੀ ਲਿਆ ਹੋਵੇ ਜੀ ਤੇ ਇਹਦੇ ਵਿੱਚ ਹਜੇ ਤੱਕ ਪਤਾ ਲੱਗਿਆ ਕਿ ਜਦੋਂ ਈਮੇਲ ਆਈ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਦੀਆਂ ਕਿੰਨੀਆਂ ਕੋ ਟੀਮਾਂ ਕਿੰਨੇ ਕੋ ਟਾਈਮ ਤੱਕ ਨਹੀਂ ਉਹਦੇ 'ਚ ਇਹ ਆ ਜੀ ਮੈਨੇਜਮੈਂਟ ਨੇ ਪੁਲਿਸ ਨੂੰ ਤਤਲਾ ਦਿੱਤੀ ਅਸੀਂ ਪਿੰਡ ਵਾਲਿਆਂ ਨੇ ਨਹੀਂ ਦਿੱਤੀ ਜੀ ਪੁਲਿਸ ਨੂੰ ਤਤਲਾ ਮੈਨੇਜਮੈਂਟ ਨੇ ਦਿੱਤੀ ਤੇ ਉਸ ਤੋਂ ਰਾਤ ਦਾ ਸਮਾਂ ਸੀ ਕੱਲ ਫਿਰ ਸਾਰੀ ਰਾਤ ਲੰਗੀ ਐ ਸਾਰੀ ਰਾਤ ਕੀ ਇੱਥੇ ਕਾਰਵਾਈ ਹੁੰਦੀ ਰਹੀ ਜਾਂ ਉਹ ਆਪਦੇ ਏ ਸਾਈਬਰ ਕਰਾਇਮ ਰਾਹੀਂ ਕੀ ਚੈੱਕ ਕਰਦੇ ਰਹੇ ਇੱਥੇ ਕਿੰਨਾ ਵੈਸੇ ਹੁਣ ਵੀ ਗੇਟ ਤੇ ਪੁਲਿਸ ਦੀ ਗੱਡੀ ਖੜੀ ਆ ਅ ਮਸਤੀ ਦੀ ਲਈ ਤਾਂ ਸਾਰੇ ਹੈ ਗਈ ਆ ਚੱਲ ਰਿਹਾ ਠੀਕ ਇਸ ਤਰ੍ਹਾਂ ਨਹੀਂ ਤੇ ਉਸ ਤੋਂ ਬਾਅਦ ਹੁਣ ਤੱਕ ਕੁਝ ਸਾਹਮਣੇ ਆਇਆ ਕਿ ਕੌਣ ਸੀ ਕਿਸੇ ਨੇ ਸ਼ਰਾਰਤ ਤਾਂ ਨਹੀਂ ਕੀਤੀ ਨਹੀਂ ਹੁਣ ਇਹ ਗੱਲ ਤਾਂ ਅੰਦਾਜ਼ਨ ਹੁੰਦੀ ਆ ਪਿੰਡ ਵਾਲਿਆਂ ਨੂੰ ਤਾਂ ਇਸ ਗੱਲ ਦਾ ਨਹੀਂ ਪਤਾ ਵੀ ਇਹ ਸ਼ਰਾਰਤ ਆ ਜਾਂ ਅਸਲੀਅਤ ਆ ਜਾਂ ਗੱਲ ਕੀ ਆ ਤੇ ਪੁਲਿਸ ਦੇ ਨਾਲ ਸਾਡੀ ਨਹੀਂ ਸਿੱਧੇ ਤੌਰ ਤੇ ਕੋਈ ਗੱਲ ਹੋਈ ਜੀ ਪਰ ਅਸੀਂ ਇਸ ਗੱਲ ਤੋਂ ਚਿੰਤਤ ਜ਼ਰੂਰ ਹੈਗੇ ਆ ਵੀ ਇਹ ਛੇਤੀ ਸ਼ਾਰਟ ਆਊਟ ਹੋਵੇ ਪਤਾ ਲੱਗੇ ਵੀ ਕਾਰਨ ਕੀ ਆ ਵੀ ਇਹ ਕੋਈ ਐਵੇਂ ਕੋਈ ਇਸ਼ਾਰਤ ਹੈਗੀ ਆ ਜਾਂ ਵੈਸੇ ਤਾਂ ਕੋਈ ਐਡੀ ਗੱਲ ਇਦਾਂ ਹੋਣੀ ਨਹੀਂ ਚਾਹੀਦੀ ਬੜਾ ਇੱਥੇ ਸਾਰੇ ਜਿਹੜੇ ਲੋਕ ਨੇ ਪੀਸਫੁਲੀ ਰਹਿੰਦੇ ਰਹਿੰਦੇ ਪਰ ਫਿਰ ਵੀ ਪਤਾ ਨਹੀਂ ਸਮਾਜ ਦੇ ਵਿੱਚ ਉਹ ਕਿਹੜਾ ਅਨਸਰ ਉੱਠ ਕੇ ਕਿਹੜੀ ਗੱਲ ਕਰਦਾ ਇਹਦੇ ਬਾਰੇ ਕੋਈ ਬਹੁਤਾ ਅਸੀਂ ਕਹਿ ਨਹੀਂ ਸਕਦੇ ਜੀ ਅ ਦੇਖ ਸਕਦੇ ਹੋ ਤੁਸੀਂ ਆ ਸਕੂਲ ਹੈ ਗੇਟ ਹੈ ਜਿਹੜੇ ਆ ਸਕੂਲ ਦੇ ਬੰਦ ਕੀਤੇ ਹੋਏ ਆ ਤਸਵੀਰਾਂ ਚ ਦੇਖ ਸਕਦੇ ਹੋ ਕੱਲ ਜਿਹੜੀ ਹੈ ਈਮੇਲ ਮਿਲਦੀ ਹੈ ਤੇ ਉਸ ਤੋਂ ਬਾਅਦ ਪਿੰਡ ਵਾਸੀ ਜਿਹੜੇ ਇਕੱਠੇ ਹੋ ਜਾਂਦੇ ਆ ਤੇ ਦੱਸਿਆ ਜਾ ਰਿਹਾ ਕਿ ਪੁਲਿਸ ਹੈ ਜਿਹੜੀ ਆ ਸੂਚਨਾ ਪੁਲਸ ਨੂੰ ਦੇ ਦਿੱਤੀ ਜਾਂਦੀ ਹੈ ਜਿਹੜਾ ਦੂਜਾ ਗੇਟ ਆ ਉਸ ਪਾਸੇ ਜਿਹੜੀ ਹੈ ਪੁਲਿਸ ਦੀ ਗੱਡੀ ਵੀ ਜਿਹੜੀ ਆ ਉਹ ਖੜੀ ਕਰ ਦਿੱਤੀ ਗਈ ਹੈ ਕਿਉਂਕਿ ਉਸ ਤੋਂ ਬਾਅਦ ਜਦੋਂ ਐਦਾਂ ਦੀ ਈਮੇਲ ਆਂਦੀ ਹੈ ਪ੍ਰਿੰਸੀਪਲ ਨੂੰ ਈਮੇਲ ਆਉਣ ਦੇ ਦੌਰਾਨ ਹੜਕਮ ਜਿਹੜਾ ਮੱਜ ਜਾਂਦਾ ਹੈ ਤੇ ਇਸ ਦੇ ਵਿੱਚ ਪੁਲਿਸ ਕਮਿਸ਼ਨਰ ਨਾਲ ਵੀ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਪੂਰਾ ਜਿਹੜਾ ਉਹ ਚੈੱਕ ਕਰ ਲਿੱਤਾ ਗਿਆ ਫਿਰ ਵੀ ਜਦੋਂ ਇਹ ਈਮੇਲ ਆਂਦੀ ਹੈ ਕਿਤੇ ਨਾ ਕਿਤੇ ਸੋਚ ਦੇ ਵਿੱਚ ਜ਼ਰੂਰ ਹੈ ਜਿਹੜੇ ਹੈ ਪ੍ਰਿੰਸੀਪਲ ਅਤੇ ਪ੍ਰਸ਼ਾਸਨ ਹੈ ਪੈ ਜਾਂਦਾ ਕਿ ਇਦਾਂ ਦੀ ਮੇਲ ਕਿਸ ਤਰੀਕੇ ਦੇ ਨਾਲ ਆ ਗਈ ਕਿ ਦੂਜੇ ਪਾਸੇ ਦੀਆਂ ਵੀ ਤਸਵੀਰਾਂ ਦਿਖਾ ਦਿੰਦੇ ਆ ਦੂਜੇ ਪਾਸੇ ਪੁਲਿਸ ਦੀ ਗੱਡੀ ਜਿਹੜੀ ਖੜੀ ਹੈ ਪਿੰਡ ਦੇ ਵਿੱਚ ਜਿਹੜਾ ਕਿ ਇਹ ਸਕੂਲ ਹੈ ਸਕੂਲ ਨੂੰ ਜਦੋਂ ਐਦਾਂ ਦੀ ਈਮੇਲ ਆ ਜਾਂਦੀ ਹੈ ਪ੍ਰਿੰਸੀਪਲ ਦੀ ਮੇਲ ਤੇ ਜਦੋਂ ਐਦਾਂ ਦੀ ਈਮੇਲ ਆ ਗਈ ਤੇ ਉਹਨਾਂ ਨੇ ਪਿੰਡ ਵਾਸੀਆਂ ਨੂੰ ਦੱਸਿਆ ਪਿੰਡ ਵਾਸੀ ਮੈਨੇਜਮੈਂਟ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੂਚਨਾ ਦੇਣ ਦੇ ਦੌਰਾਨ ਪੁਲਿਸ ਜਿਹੜੀ ਇੱਥੇ ਪਹੁੰਚ ਜਾਂਦੀ ਹੈ ਪੁਲਿਸ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ ਕਿ ਕਿਹੜਾ ਬੰਦਾ ਜਿਨੇ ਜਿਹੜੀ ਹੈ ਈਮੇਲ ਪ੍ਰਿੰਸੀਪਲ ਦੀ ਮੇਲ ਦੇ ਉੱਤੇ ਐਦਾ ਦੀ ਈਮੇਲ ਭੇਜੀ ਕਿਉਂ ਇਸ ਦੇ ਵਿੱਚੇ ਵਜ੍ਹਾ ਕੀ ਹੈ ਪੁਲਿਸ ਇਹਦੇ ਤੱਕ ਜਰੂਰ ਪਹੁੰਚਣ ਦੀ ਕੋਸ਼ਿਸ਼ ਜਿਹੜੀ ਹੈ ਲਗਾਤਾਰ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਿ ਕਾਰਨ ਕੀ ਹੈ ਕਿਸ ਵਜ੍ਹਾ ਦੇ ਨਾਲ ਇਸ ਸਕੂਲ ਨੂੰ ਜਿਹੜਾ ਟਾਰਗੇਟ ਕੀਤਾ ਗਿਆ ਐਦਾ ਦਾ ਮੈਸੇਜ ਹੈ ਉਹ ਸਕੂਲ ਨੂੰ ਕਿਉਂ ਭੇਜਿਆ ਗਿਆ ਕਾਰਨ ਕੀ ਹੈ ਇਹ ਇਹਦੀ ਇਹ ਪਹੁੰਚ ਜਿਹੜੀ ਹੈ ਪੁਲਿਸ ਕਰ ਰਹੀ ਹੈ ਕੀ ਈਮੇਲ ਵਾਲਾ ਬੰਦਾ ਕਰਨ ਵਾਲਾ ਕੌਣ ਸੀ ਕਿਉਂ ਈਮੇਲ ਜਿਹੜੀ ਆ ਇਸ ਸਕੂਲ ਨੂੰ ਕੀਤੀ ਗਈ ਤੁਹਾਨੂੰ ਸਕੂਲ ਦੀਆਂ ਤਸਵੀਰਾਂ ਦਿਖਾ ਦੇਣਾ ਪੂਰਾ ਸਕੂਲ ਬੰਦ ਹੈ ਗੇਟ ਆ ਜਿਹੜਾ ਬੰਦ ਕੀਤਾ ਗਿਆ ਦੇਖ ਸਕਦੇ ਹੋ ਅੰਦਰ ਵੀ ਤੁਹਾਨੂੰ ਜਿਹੜੀ ਆ ਵੀਡੀਓ ਦਿਖਾ ਦਿੰਨੇ ਆ ਅੰਦਰ ਦੀ ਵੀ ਕਿ ਅੰਦਰ ਦੇ ਕੀ ਹਾਲਾਤ ਨੇ ਸਕੂਲ ਜਿਹੜਾ ਬੰਦ ਕਰ ਦਿੱਤਾ ਗਿਆ ਬੱਚਿਆਂ ਨੂੰ ਛੁੱਟੀ ਹੈ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਕਿਉਂਕਿ ਜਿਹੜਾ ਮਾਮਲਾ ਹੀ ਜਿਹੜਾ ਉਹ ਐਦਾਂ ਦਾ ਹੋ ਗਿਆ ਸੀ ਜਦੋਂ ਈਮੇਲ ਆਈ ਤੇ ਪ੍ਰਿੰਸੀਪਲ ਵੱਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ ਪੂਰਾ ਹੜਕਮ ਮਚ ਗਿਆ ਤੇ ਉਸ ਤੋਂ ਬਾਅਦ ਪੁਲਸ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਪਤਾ ਚੱਲੇਗਾ ਕਿ ਉਹ ਕਿਹੜੇ ਲੋਕ ਸੀ ਜਿਨ੍ਹਾਂ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਐਸੀ ਜਿਹੜੀ ਆ ਬੰਮ ਨਾ ਉਡਾਉਣ ਦੀ ਸਕੂਲ ਨੂੰ ਧਮਕੀ ਜਿਹੜੀ ਉਹ ਦੇ ਦਿੱਤੀ ਹੈ ਜੁੜੇ ਰੋ ਦਾ ਸਮਰ نیوز ਦੇ ਨਾਲ ਕੈਮਰਾਮੈਨ ਹਰਜੀਤ ਸਿੰਘ ਕਾਕਾ ਦੇ ਨਾਲ ਸੌਰਵ ਰੌੜੀ ਰਿਪੋਰਟ ਧੰਨਵਾਦ